ਐਵੇਂ ਨੇ ਜਦੋਂ ਅਸੀਂ ਆਪਣੀਆਂ ਦੀਆਂ ਲੱਤਾਂ ਖਿੱਚਣੀਆਂ ਹੋਣ ਨਾ ਫਿਰ ਅਸੀਂ ਕੋਈ ਨਾ ਕੋਈ ਟੈਗ ਲਾਉਣਾ ਹੁੰਦਾ ਏ ਜੇ ਕੋਈ ਚੰਗੇ ਰਾਹ ਤੇ ਤੁਰਿਆ ਤੇ ਤੁਰ ਲੈਣ ਦੀ ਏ ਭਾਈ ਕੈਪਟਨ ਬਾਦਲ ਨੂੰ ਬਥੇਰੀਆਂ ਲਾਣਤਾਂ ਪਾਲੀਆਂ ਅਸੀਂ ਜੇ ਕੋਈ ਮੁੰਡਾ ਤੁਰਿਆ ਤੇ ਤੁਰ ਲੈਣ ਦੀ ਏ ਕੋਈ ਗੱਲ ਨੀ ਮੈਨੂੰ ਨੀ ਪਤਾ ਤੁਸੀਂ ਮੇਰੇ ਨਾਲ ਸਹਿਮਤ ਜੇ ਕਿ ਨਹੀਂ ਸਹਿਮਤ ਪਰ ਸੱਚ ਇਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਚ ਚੱਲਣਾ ਗੁਨਾਹ ਕੀ ਏ ਜੇ ਇੱਕ ਸ਼ਰਾਬੀ ਕਬਾਬੀ ਦੇ ਘਰ ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਸਕਦਾ ਹੈ ਤੇ ਪੰਥਕ ਦੇ ਥਾਣਿਆਂ ਚ ਪ੍ਰਕਾਸ਼ ਨਹੀਂ ਕਰ ਸਕਦਾ ਕੀ ਨਹੀਂ ਹੋ ਸਕਦਾ ਮੈਂ ਉਹ ਖਾਸੇ ਸ਼ਰਾਬ ਵਾਲੀ ਫੈਕਟਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਦਵਾਨ ਲਾਉਂਦਾ ਰਿਹਾ ਸ਼ਰਾਬ ਵਾਲੀ ਫੈਕਟਰੀ ਸੀ ਉੱਥੇ ਕੀ ਗੁਨਾਹ ਹੋ ਗਿਆ ਇਹਦੇ ਚ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਸਾਹਿਬ ਪੜੇ ਗੁਰੂ ਦਾ ਸਤਿਕਾਰ ਪੂਰਾ ਚੰਦੋਵਾ ਲੱਗਾ ਹੈ ਚੌਰ ਸਾਹਿਬ ਕੋਲੇ ਗੁਰੂ ਦੀ ਹਜ਼ੂਰੀ ਚ ਗ੍ਰੰਥੀ ਏ ਪੰਜਾਬ ਆਉਣ ਵਾਲੇ ਸਮੇਂ ਚ ਜੋ ਕੁਝ ਵੇਖੇਗਾ ਜੇ ਤੁਹਾਡੇ ਸਿਰਾਂ ਤੇ ਪੱਗਾਂ ਨਾ ਹੋਈਆਂ ਤੇ ਤੁਹਾਡੇ ਗਾਤਰੇ ਸ੍ਰੀ ਸਾਹਿਬ ਨਾ ਹੋਏ ਤੁਹਾਡੇ ਚਿਹਰਿਆਂ ਤੇ ਦਾੜੇ ਪ੍ਰਕਾਸ਼ ਨਾ ਹੋਏ ਤੇ ਯਾਦ ਰੱਖੋ ਬੜੀ ਵੱਡੀ ਮਾਰ ਵੱਜ ਸਕਦੀ ਏ ਆਪਣੇ ਆਪ ਨੂੰ ਪਛਾਣੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਸਿੰਘ ਸਜੋ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਅਸੀਂ ਮਹਾਰਾਜ ਦਾ ਸਰੂਪ ਲੈ ਕੇ ਆਉਂਦੇ ਹਾਂ ਨਾ ਕਦੀ ਕੋਈ ਰੰਜ ਤੇ ਨਹੀਂ ਕਰਦਾ ਵੀ ਇੱਥੇ ਮੀਟ ਚੱਲਣਾ ਇੱਥੇ ਸ਼ਰਾਬ ਚੱਲਣੀ ਇੱਥੇ ਮੁਰਗ ਮਸੱਲਮ ਚੱਲਣਾ ਕਦੀ ਕਿਸੇ ਨੇ ਨਹੀਂ ਆਖਿਆ ਵੀ ਮਹਾਰਾਜ ਦਾ ਸਰੂਪ ਲੈ ਕੇ ਮੁੜ ਕੇ ਇੱਥੇ ਗਾਉਣ ਵਾਲੀ ਵੀ ਨੱਚਣੀ ਘਰ ਦੇ ਵਿੱਚ ਡੀਜੇ ਵੀ ਵੱਜਣਾ ਤੇ ਜੇ ਕੋਈ ਬੰਦਾ ਮੁਸੀਬਤ ਚ ਪਿਆ ਮਹਾਰਾਜ ਦਾ ਸਰੂਪ ਲੈ ਕੇ ਤੁਰ ਪਵੇ ਤੇ ਅਸੀਂ ਆਖੀਏ ਵੀ ਧੱਕਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਪਾਸੇ ਕੀਤਾ ਹੀ ਨਹੀਂ ਜਾ ਸਕਦਾ ਆ ਜੋ ਕੁਝ ਤੁਹਾਡੇ ਵਾਪਰਿਆ ਇੱਥੇ ਅਜਨਾਲੇ ਚ ਮੈਨੂੰ ਨਹੀਂ ਪਤਾ ਤੁਸੀਂ ਮੇਰੇ ਨਾਲ ਸਹਿਮਤ ਜੇ ਕਿ ਨਹੀਂ ਸਹਿਮਤ ਮੈਂ ਚਾਹੁੰਦਾ ਵੀ ਨਹੀਂ ਜਿਹੜਾ ਨਹੀਂ ਸਹਿਮਤ ਉਹ ਨਾ ਸਹੀ ਪਰ ਜਿਹੜੀ ਗੱਲ ਬਾਤ ਹੈ ਵੱਡੇ ਘੱਲੂ ਘਾਰੇ ਚ ਦੋ ਸਰੂਪ ਅਗਨ ਭੇਟ ਹੋਏ ਕਿਸੇ ਬੰਦੇ ਨੇ ਜੱਸਾ ਸਿੰਘ ਆਲੂ ਵਾਲੇ ਨੂੰ ਨਹੀਂ ਆਖਿਆ ਅਬਦਾਲੀ ਦੇ ਪੈਰੀਂ ਡਿੱਗ ਪੈਨੋ ਦੋ ਸਰੂਪ ਨਾਲ ਸਾਡੇ ਸੜਦੇ ਸ਼ੇਰੇ ਪੰਜਾਬ ਨੇ ਜਿਹੜੀ ਜੰਗ ਲੜੀ ਉਸ ਜੰਗ ਦੇ ਵਿੱਚ ਗੁਰੂ ਮਹਾਰਾਜ ਦਾ ਸਰੂਪ ਬਾਰਡਰਾਂ ਤੱਕ ਜਾਂਦਾ ਰਿਹਾ ਸਰੂਪ ਅਗਨ ਭੇਟ ਹੁੰਦੇ ਰਹੇ ਵੱਡਾ ਵਿਸ਼ਵ ਯੁੱਧ ਹੋਇਆ ਛੋਟਾ ਵਿਸ਼ਵ ਯੁੱਧ ਹੋਇਆ ਜਿਹੜੇ ਤੁਹਾਡੇ ਚੋਂ ਆਰਮੀ ਚ ਰਹੇ ਵੀਰ ਆ ਅੱਜ ਵੀ ਫੋਟੋਆਂ ਪੁਰਾਣੀਆਂ ਕੱਢ ਕੇ ਵੇਖ